MCQ ਇਹਦੇ ਵਿੱਚ ਸਵਾਲ ਨੰਬਰ 1 ਹੈ ਲੰਬਾਈ ਦੀ ਮਿਆਰੀ ਇਕਾਈ ਕੀ ਹੈ ਦੇਖੋ ਮਿਆਰੀ ਇਕਾਈ ਤੋਂ ਭਾਵ ਕੀ ਹੈ ਵੀ ਲੰਬਾਈ ਨੂੰ ਅਸੀਂ ਜਿਹੜਾ ਸਕੇਲ ਯੂਜ਼ ਕਰਦੇ ਹਾਂ ਮਾਪਣ ਵਾਸਤੇ ਤਾਂ ਮਾਪਕ ਇਕਾਈ ਸਾਨੂੰ ਦੱਸਣੀ ਹੈ ਵੀ ਜੋ ਇਸ ਨੂੰ ਮਾਪਨ ਦੀ ਇਕਾਈ ਹੈ ਲੰਬਾਈ ਦੀ ਉਹ ਕਿਹੜੀ ਹੈ ਜਿਹੜੀ ਤਾਂ ਲੀਟਰ ਹੈ ਉਹ ਜੋ ਹੈ ਲਿਕੁਇਡ ਸਵਸਥੇ ਜੋ ਹੈ ਜਿਵੇਂ ਤੇਲ ਹੋ ਗਏ ਜੂਸ ਹੋ ਗਏ ਅ ਤੇਲ ਜੂਸ ਜਾਂ ਪਾਣੀ ਇਵੇਂ ਦੀ ਚੀਜ਼ਾਂ ਨੂੰ ਮਾਪਣ ਵਾਸਤੇ ਲੀਟਰ ਦਾ ਜੋ ਹੈ ਅਸੀਂ ਯੂਜ਼ ਕਰਦੇ ਹਾਂ ਮਾਪਕ ਇਕਾਈ ਦਾ ਤੇ ਜੋ ਮੀਟਰ ਹੈ ਉਹ ਲੰਬਾਈ ਨੂੰ ਮਾਪਣ ਵਾਸਤੇ ਇਕਾਈ ਜੋ ਹੈ ਯੂਜ਼ ਹੁੰਦੀ ਹੈ ਗ੍ਰਾਮ ਵજન ਨੂੰ ਮਾਪਣ ਵਾਸਤੇ ਜੋ ਹੈ ਇਕਾਈ ਯੂਜ਼ ਹੁੰਦੀ ਹੈ ਤੇ ਕਿਲੋਗ੍ਰਾਮ ਵੀ ਜੋ ਹੈ ਜਿਹੜਾ ਜ਼ਿਆਦਾ ਭਾਰੀ ਵજન ਹੁੰਦਾ ਹੈ ਉਸ ਨੂੰ ਮਾਪਨ ਦੀ ਜੋ ਹੈ ਇਕਾਈ ਹੈ ਇੱਥੇ ਲੰਬਾਈ ਦੀ ਮਿਆਰੀ ਇਕਾਈ ਵੀ ਲੰਬਾਈ ਨੂੰ ਮਾਪਣ ਵਾਲੀ ਜੋ ਇਕਾਈ ਹੈ ਉਹ ਜੋ ਹੈ ਮੀਟਰ ਹੈ ਹਾਂਜੀ অপਸ਼ਨ B ਜੋ ਹੈ ਉਹ ਕਰੈਕਟ ਹੈ ਸਵਾਲ ਨੰਬਰ 2 ਹੈ ਭਾਰ ਮਾਪਣ ਦੀ ਮਿਆਰੀ ਇਕਾਈ ਦੱਸੋ ਮੈਂ ਤੁਹਾਨੂੰ ਹੁਣੇ ਦੱਸਿਆ ਵੀ ਗ੍ਰਾਮ ਤੇ ਕਿਲੋਗ੍ਰਾਮ ਇਹ ਜੋ ਹੈ ਭਾਰ ਨੂੰ ਮਾਪਣ ਦੀ ਮਿਆਰੀ ਜੋ ਹੈ ਇਕਾਈਆਂ ਨੇ ਜਾਂ ਇਹ ਕਹਿ ਸਕਦੇ ਆ ਕਿ ਮਾਪਕ ਇਕਾਈਆਂ ਨੇ ਠੀਕ ਹੈ ਤਾਂ ਭਾਰ ਮਾਪਣ ਦੀ ਮਿਆਰੀ ਇਕਾਈ ਕੀ ਹੈ ਗ੍ਰਾਮ ਸੈਂਟੀਮੀਟਰ ਜੋ ਹੈ ਇਹ ਅ ਇਹ ਕਹਿ ਸਕਦੇ ਹੋ ਵੀ ਛੋਟੀ ਜਿਹੜੀ ਲੰਬਾਈਆਂ ਹੁੰਦੀਆਂ ਨੇ ਜਿਹੜੀ ਨਿੱਕੀਆਂ ਲੰਬਾਈਆਂ ਹੁੰਦੀਆਂ ਨੇ ਉਸ ਨੂੰ ਅਸੀਂ ਸੈਂਟੀਮੀਟਰ ਵਾਲੇ ਸਕੇਲ ਦੇ ਰਾਹੀਂ ਜੋ ਹੈ ਮਾਪਦੇ ਹਾਂ ਮੀਟਰ ਜੋ ਹੈ ਇਹ ਥੋੜੀ ਵੱਡੀ ਲੰਬਾਈ ਹੋ ਜਾਂਦੀ ਹੈ ਠੀਕ ਹੈ ਉਸ ਨੂੰ ਮਾਪਣ ਦਾ ਜੋ ਹੈ ਸਕੇਲ ਹੈ ਵੱਡੀ ਲੰਬਾਈ ਨੂੰ ਮਾਪਣ ਦਾ ਤੇ ਲੀਟਰ ਦੇ ਨਾਲ ਤਾਂ ਅਸੀਂ ਜੋ ਹੈ ਲਿਕੁਇਡਸ ਲਿਕੁਇਡਸ ਕਿਹੜੇ ਹੁੰਦੇ ਨੇ ਜਿਹੜੇ ਫਲੋ ਕਰ ਸਕਦੇ ਨੇ ਜਿਹੜੇ ਵਹਿਦੇ ਹੁੰਦੇ ਨੇ ਮਤਲਬ ਵਹਿ ਸਕਦੇ ਨੇ ਪਾਣੀ ਹੋ ਗਿਆ ਜੂਸ ਹੋ ਗਿਆ ਤੇਲ ਹੋ ਗਿਆ ਇਹ ਸਾਰੇ ਜੋ ਹੈ ਲਿਕੁਇਡਸ ਨੇ ਤੇ ਇਹਨਾਂ ਨੂੰ ਮਾਪਨ ਦੀ ਇਕਾਈ ਲੀਟਰ ਹੈ ਹਾਂਜੀ ਦੂਜੇ ਸਵਾਲ ਦਾ ਜਿਹੜਾ ਸਹੀ ਜਵਾਬ ਹੈ ਉਹ ਹੈ অপਸ਼ਨ A ਗ੍ਰਾਮ ਸਵਾਲ ਨੰਬਰ 3 ਦੇ ਵਿੱਚ ਇਹਨਾਂ ਨੇ ਕਿਹਾ ਹੈ 35 ਮੀਟਰ ਜੋ ਹੈ ਬਰਾਬਰ ਹੈ ਡੈਸ਼ ਸੈਂਟੀਮੀਟਰ ਦੇ ਤਾਂ ਦੇਖੋ ਹੁਣ ਅਸੀਂ ਨਾ ਮੀਟਰ ਨੂੰ ਸੈਂਟੀਮੀਟਰ ਦੇ ਵਿੱਚ ਚੇਂਜ ਕਰਕੇ ਦਿਖਾਣਾ ਹੈ ਤੇ ਇਹਦੇ ਵਾਸਤੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ 1 ਮੀਟਰ ਦੇ ਵਿੱਚ ਕਿੰਨੇ ਸੈਂਟੀਮੀਟਰ ਨੇ ਤਾਂ 1 ਮੀਟਰ ਦੇ ਵਿੱਚ 100 ਸੈਂਟੀਮੀਟਰ ਹੁੰਦੇ ਨੇ ਬਸ ਇਹੀ ਜੋ ਹੈ ਇੱਥੇ ਅਸੀਂ ਜੋ ਹੈ ਰੱਖ ਕੇ ਦੇਖ ਲੈਣਾ ਹੈ ਦੇਖੋ ਜਿਵੇਂ ਸਾਨੂੰ ਦੇ ਰੱਖਿਆ ਇਹਨਾਂ ਨੇ 35 ਮੀਟਰ ਹੁਣ ਇਹ ਵਾਲਾ ਜੋ ਮੀਟਰ ਹੈ ਨਾ ਇਸ ਨੂੰ ਹਟਾ ਕੇ ਹਟਾਉਂਦੇ ਕਿਉਂ ਬਈ ਹੈ ਕਿਉਂਕਿ ਸਾਨੂੰ ਸੈਂਟੀਮੀਟਰ ਦੇ ਵਿੱਚ ਬਦਲਣਾ ਹੈ ਤਾਂ ਮੇਰੇ 1 ਮੀਟਰ ਦੇ ਵਿੱਚ 100 ਸੈਂਟੀਮੀਟਰ ਹੁੰਦੇ ਨੇ ਤਾਂ ਇੱਥੇ ਮੀਟਰ ਨੂੰ ਹਟਾ ਕੇ ਅਸੀਂ ਲਿਖਦਾਂਗੇ 100 ਨਾਲ ਸੈਂਟੀਮੀਟਰ ਹਾਂਜੀ 35 ਨੂੰ 100 ਨਾਲ ਗੁਣਾ ਕਰਾਂਗੇ ਤਾਂ ਇਹ ਆ ਜਾਊਗਾ 3500 ਦੇਖੋ ਇਹ ਵਾਲਾ 35 ਲਿਖ ਕੇ ਪਿੱਛੇ 100 ਦੀ ਦੋ ਜ਼ੀਰੋਆਂ ਲਾ ਦਿਆ ਕਰੋ ਸਿਫਰਾ ਠੀਕ ਹੈ तो पैंती सौ सेंटीमीटर जो है लिख लेना हाँ जी पैंती सौ सेंटीमीटर जो है इसका राइट आंसर है ये यहाँ बी वाला ऑप्शन है हाँ जी पैंती सौ सेंटीमीटर अगला है चाली मिलीमीटर जो है बराबर है डैश सेंटीमीटर दे ਇਹਦੇ ਵਾਸਤੇ ਸਾਨੂੰ ਦੇਖੋ ਇਹ ਪਤਾ ਹੋਣਾ ਚਾਹੀਦਾ ਵੀ 1 ਸੈਂਟੀਮੀਟਰ ਦੇ ਵਿੱਚ ਕਿੰਨੇ ਜੋ ਹੈ ਮਿਲੀਮੀਟਰ ਹੁੰਦੇ ਹੈ ਤਾਂ 1 ਸੈਂਟੀਮੀਟਰ ਦੇ ਵਿੱਚ 10 ਮਿਲੀਮੀਟਰ ਹੁੰਦੇ ਹੈ ਹੁਣ ਅਸੀਂ ਕਰਨਾ ਕੀ ਹੈ ਵੀ ਅਸੀਂ ਨਾ 1 ਮਿਲੀਮੀਟਰ ਤੋਂ ਸੈਂਟੀਮੀਟਰ ਦੇ ਵਿੱਚ ਚੇਂਜ ਕਰਨਾ ਹੈ 1 ਮਿਲੀਮੀਟਰ ਤੋਂ ਸੈਂਟੀਮੀਟਰ ਨੂੰ ਮਤਲਬ ਜੋ ਹੈ ਬਣਾਣੇ ਨੇ ਦੇਖੋ ਇੱਥੇ ਇਹਨਾਂ ਨੇ 40 ਦੇ ਨਾਲ ਮਿਲੀਮੀਟਰ ਦੇ ਰੱਖਿਆ ਤੇ ਅਸੀਂ ਇਸ ਨੂੰ ਸੈਂਟੀਮੀਟਰ ਵਿੱਚ ਲੈ ਕੇ ਜਾਣਾ ਹੈ ਤਾਂ ਇਹਦੇ ਵਾਸਤੇ ਅਸੀਂ ਕੀ ਕਰਾਂਗੇ 10 ਦੇ ਨਾਲ ਭਾਗ ਦੇਵਾਂਗੇ 1 ਸੈਂਟੀਮੀਟਰ ਦੇ ਵਿੱਚ ਤਾਂ 10 ਮਿਲੀਮੀਟਰ ਹੁੰਦੇ ਨੇ ਪਰ ਸਾਨੂੰ ਇਹ ਕੱਢਣਾ ਹੈ ਵੀ 1 ਮਿਲੀਮੀਟਰ ਦੇ ਵਿੱਚ ਕਿੰਨੇ ਸੈਂਟੀਮੀਟਰ ਨੇ ਠੀਕ ਹੈ ਇੱਥੇ ਡਿਫਰੈਂਸ ਹੈ ਤਾਂ 40 ਮਿਲੀਮੀਟਰ ਨੂੰ ਜੇਕਰ ਅਸੀਂ ਸੈਂਟੀਮੀਟਰ ਦੇ ਵਿੱਚ ਬਦਲਣਾ ਹੈ ਤਾਂ 40 ਨੂੰ ਸਾਨੂੰ 10 ਦੇ ਨਾਲ ਭਾਗ ਦੇਣਾ ਪਏਗਾ ता जो अ भाग देवी तो, तो सिफर न सिफर जो है वह कट जाऊगी या फिर दस चौके चौ चो, दस चौके जो है चाली भी कर सकते हो दूसरी ठीक है तो चार सेंटीमीटर जो है वह साढ़ा जवाब होएगा हाँ जी ऑप्शन जो सी है ए वाला चार सेंटीमीटर ये जो है राइट आंसर है ਅ ਬਸ ਇਹ ਯਾਦ ਰੱਖਿਆ ਕਰੋ ਕਿ ਜੇਕਰ ਸੇ ਮਿਲੀਮੀਟਰ ਤੋਂ ਸੈਂਟੀਮੀਟਰ ਦੇ ਵਿੱਚ ਬਦਲਣਾ ਹੋਵੇ ਨਾ ਕਨਵਰਟ ਕਰਨਾ ਹੋਵੇ ਤਾਂ ਸਾਨੂੰ ਜੋ ਹੈ 10 ਦੇ ਨਾਲ ਜੋ ਹੈ ਉਹ ਭਾਗ ਦੇਣੀ ਪਏਗੀ ਡਿਵਾਈਡ ਕਰਨਾ ਪਏਗਾ ਹਾਂਜੀ ਅਗਲਾ ਸਵਾਲ ਸੌਖਾ ਜਿਹਾ ਹੈ ਇਹਨਾਂ ਨੇ ਬਸ ਇਹ ਪੁੱਛਿਆ ਵੀ 1 ਕਿਲੋਗ੍ਰam ਦੇ ਵਿੱਚ ਕਿੰਨੇ ਗ੍ਰਾਮ ਹੁੰਦੇ ਆ ਤਾਂ ਇਹਦਾ ਸਿੱਧਾ ਜਿਹਾ ਜਵਾਬ ਹੈ ਵੀ 1 ਕਿਲੋਗ੍ਰam ਦੇ ਵਿੱਚ 1000 ਗ੍ਰਾਮ ਹੁੰਦੇ ਆ অপਸ਼ਨ B ਜੋ ਹੈ ਉਹ ਕਰੈਕਟ ਹੈ 1 ਕਿਲੋਗ੍ਰam ਜੋ ਹੈ ਉਹ ਬਰਾਬਰ ਹੈ 1000 ਗ੍ਰਾਮ ਦੇ ਹਾਂਜੀ ਚੈਲਿੰਜ ਸਵਾਲ ਦੇ ਵਿੱਚ ਇਹ ਸਾਨੂੰ ਕਹਿ ਰਿਹਾ ਵੀ ਗ੍ਰਾਮ ਤੋਂ ਕਿਲੋਗ੍ਰਾਮ ਦੇ ਵਿੱਚ ਜੋ ਹੈ ਬਦਲਣਾ ਹੈ ਤਾਂ ਇਹਦੇ ਵਾਸਤੇ ਸਾਨੂੰ ਕੀ ਕਰਨਾ ਪਏਗਾ ਦੇਖੋ 1 ਕਿਲੋਗ੍ਰਾਮ ਦੇ ਵਿੱਚ 1000 ਗ੍ਰਾਮ ਹੁੰਦੇ ਨੇ ਪਰ ਹੁਣ ਅਸੀਂ ਗ੍ਰਾਮ ਤੋਂ ਕਿਲੋਗ੍ਰਾਮ ਦੇ ਵਿੱਚ ਬਦਲਣਾ ਹੈ ਤਾਂ ਇਹਦੇ ਵਾਸਤੇ ਕੀ ਕਰਾਂਗੇ 6000 ਨੂੰ ਸਾਨੂੰ ਜੋ ਹੈ 1000 ਦੇ ਨਾਲ ਭਾਗ ਦੇਣਾ ਪਏਗਾ ਹਾਂਜੀ 6000 ਨੂੰ 1000 ਨਾਲ ਭਾਗ ਦਵਾਂਗੇ ਤਾਂ ਦੇਖੋ 1000 6 6000 ਹੁੰਦੇ ਹੈ ਜਾਂ ਫਿਰ ਇੰਜ ਕਹਿ ਸਕਦੇ ਹੋ ਵੀ 6000 ਦੀ 3 ਸਿਫਰਾਂ ਤੇ 1000 ਤੇ 3 ਸਿਫਰ ਇਕੱਠ ਜਾਣਗੇ 6 ਬਚੂਗਾ ਠੀਕ ਹੈ ਤਾਂ 6000 ਗ੍ਰਾਮ ਜੋ ਹੈ ਉਹ ਬਰਾਬਰ ਹੈ 6 ਕਿਲੋਗ੍ਰam ਦੇ ਹਾਂਜੀ অপਸ਼ਨ ਡੀ ਜੋ ਹੈ ਇਹ ਵਾਲਾ கரੈਕਟ ਆਨਸਰ ਹੈ ਨੈਕਸਟ ਇਹ ਕਹਿ ਰਹੇ ਆ ਵੀ 22 ਲੀਟਰ ਨੂੰ ਜੋ ਹੈ ਮਿਲੀਲੀਟਰ ਦੇ ਵਿੱਚ ਚੇਂਜ ਕਰੋ ਹਾਂਜੀ ਜਿਹੜਾ ਇਹ ਮਿਲੀਲੀਟਰ ਹੁੰਦਾ ਹੈ ਨਾ ਇਹ ਨਿੱਕੇ ਵਾਲਾ ਜੋ ਹੈ ਮਤਲਬ ਛੋਟੇ ਵਾਲਾ ਜੋ ਹੈ ਸਕੇਲ ਹੈ ਲਿਕুইਡਸ ਨੂੰ ਮਾਪਣ ਦਾ ਜਿਹੜਾ ਇਹ ਲੀਟਰ ਵਾਲਾ ਹੈ ਉਹ ਵੱਡੇ ਵਾਲਾ ਸਕੇਲ ਹੈ ਠੀਕ ਹੈ ਹੈ ਦੋਵੇਂ ਲਿਕুইਡਸ ਨੂੰ ਮਾਪਣ ਦੇ ਸਕੇਲ ਜਿਹੜਾ ਮਿਲੀਲੀਟਰ ਹੈ ਉਹ ਛੋਟੇ ਵਾਲਾ ਸਕੇਲ ਹੈ ਤੇ ਜਿਹੜਾ ਲੀਟਰ ਹੈ ਉਹ ਵੱਡੇ ਵਾਲਾ ਸਕੇਲ ਹੈ ਦੇਖੋ 1 ਲੀਟਰ ਦੇ ਵਿੱਚ 1000 ਮਿਲੀਲੀਟਰ ਹੁੰਦੇ ਨੇ ਉਸਨੂੰ 22 ਲੀਟਰ ਨੂੰ ਮਿਲੀਲੀਟਰ ਦੇ ਵਿੱਚ ਜੋ ਹੈ ਚੇਂਜ ਕਰਨਾ ਹੈ ਤਾਂ ਸਾਨੂੰ 22 ਨੂੰ ਜੋ ਹੈ ਉਹ 1000 ਦੇ ਨਾਲ ਗੁਣਾ ਕਰਨਾ ਪਏਗਾ ਹਾਂਜੀ ਤਾਂ ਇੱਥੇ ਆਏਗਾ ਜੀ 22000 ਤਾਂ 22 ਲੀਟਰ ਜੋ ਹੈ ਉਹ 22000 ਮਿਲੀਲੀਟਰ ਦੇ ਬਰਾਬਰ ਹੈ অপਸ਼ਨ B ਜੋ ਹੈ ਇਹ ਵਾਲਾ ਠੀਕ ਹੈ ਇਹ கரੈਕਟ ਆਨਸਰ ਹੈ 22000 ਮਿਲੀਲੀਟਰ ਦੇ ਜੋ ਹੈ ਬਰਾਬਰ ਹੈ 22 ਲੀਟਰ ਹਾਂਜੀ ਇਹ ਵੀ ਦੇਖ ਸਕਦੇ ਹੋ 1 ਮੀਟਰ ਚ ਹੋਇਆ ਉਹਦੇ ਵਿੱਚ 100 ਸੈਂਟੀਮੀਟਰ ਹੁੰਦੇ ਨੇ 1 ਸੈਂਟੀਮੀਟਰ ਦੇ ਵਿੱਚ 1/100 ਮੀਟਰ ਹੁੰਦੇ ਨੇ 1 ਕਿਲੋਗ੍ਰam ਦੇ ਵਿੱਚ 1000 ਗ੍ਰam ਹੁੰਦੇ ਨੇ ਤੇ 1 ਲੀਟਰ ਦੇ ਵਿੱਚ 1000 ਮਿਲੀਲੀਟਰ ਹੁੰਦੇ ਨੇ ਹਾਂਜੀ ਸਵਾਲ ਨੰਬਰ 8 ਦੇ ਵਿੱਚ ਕਹਿ ਰਹੇ ਹਨ ਕਿ ਇੱਕ ਗਲਾਸ ਵਿੱਚ 250 ਮਿਲੀਲੀਟਰ ਪਾਣੀ ਆਉਂਦਾ ਹੈ 2 ਲੀਟਰ ਦੀ ਬੋਤਲ ਵਿੱਚੋਂ ਕਿੰਨੇ ਗਲਾਸ ਭਰੇ ਜਾ ਸਕਦੇ ਹਨ ਦੇਖੋ ਇਹਨਾਂ ਨੇ ਸਾਨੂੰ ਇਹ ਦੱਸਦਾ ਹੈ ਕਿ ਇੱਕ ਗਲਾਸ ਦੇ ਵਿੱਚ 250 ਮਿਲੀਲੀਟਰ ਜੋ ਹੈ ਉਹ ਪਾਣੀ ਆ ਸਕਦਾ ਹੈ ਤੇ ਜੋ ਬੋਤਲ ਹੈ ਹਾਂਜੀ ਜੋ ਬੋਤਲ ਹੈ ਉਹ 2 ਲੀਟਰ ਦੀ ਹੈ ਤਾਂ ਦੇਖੋ ਇੱਥੇ ਨਾ ਗਲਾਸ ਨੂੰ ਮਾਪਣ ਦੀ ਜੋ ਇਕਾਈ ਹੈ ਉਹ ਤਾਂ 250 ਦੇ ਨਾਲ ਦੇਖੋ ਮਿਲੀਲੀਟਰ ਹੈ ਜ਼ਰਾ ਧਿਆਨ ਨਾਲ ਦੇਖਣਾ 250 ਦੇ ਨਾਲ ਮਿਲੀਲੀਟਰ ਹੈ ਤੇ ਜਿਹੜਾ ਬੋਤਲ ਦੱਸੀ ਗਈ ਹੈ ਮਤਲਬ ਉਸ ਦੀ ਜੋ ਵੋਲਿਊਮ ਹੈ ਜਾਂ ਜੋ ਆਇਤਨ ਹੈ ਠੀਕ ਹੈ ਇਹ 2 ਲੀਟਰ ਹੈ 2 ਦੇ ਨਾਲ ਲੀਟਰ ਲੱਗਿਆ ਹੋਇਆ ਹੈ ਤੇ 250 ਦੇ ਨਾਲ ਜੋ ਕਿ ਗਲਾਸ ਦੇ ਵਿੱਚ ਪਾਣੀ ਦੀ ਮਾਤਰਾ ਹੈ ਉਦੇ ਨਾਲ ਮিলি ਲੀਟਰ ਲੱਗਿਆ ਹੋਇਆ ਤਾਂ ਸਾਨੂੰ ਸਭ ਤੋਂ ਪਹਿਲਾਂ ਕਰਨਾ ਕੀ ਪਏਗਾ ਜੋ ਬੋਤਲ ਦਾ ਜੋ 2 ਲੀਟਰ ਹੈ ਨਾ ਉਸ ਨੂੰ ਪਹਿਲਾਂ ਸਾਨੂੰ ਮিলি ਲੀਟਰ ਦੇ ਵਿੱਚ ਕਨਵਰਟ ਕਰਨਾ ਪਏਗਾ ਬਦਲਣਾ ਪਏਗਾ ਤਾਂ ਉਹਦੇ ਵਾਸਤੇ ਕੀ ਕਰਾਂਗੇ ਇਹ ਵਾਲਾ ਜੋ 2 ਲੀਟਰ ਹੈ ਇਸ ਨੂੰ ਅਸੀਂ 1000 ਦੇ ਨਾਲ ਗੁਣਾ ਕਰਾਂਗੇ ਇਹ 1000 ਕਿੱਥੋਂ ਆਇਆ ਇਹ ਇਹ ਅਸੀਂ ਇਸ ਨੂੰ 2 ਲੀਟਰ ਨੂੰ ਮিলি ਲੀਟਰ ਦੇ ਵਿੱਚ ਬਦਲ ਰਹੇ ਹਾਂ ਕਿਉਂ ਬਦਲ ਰਹੇ ਹਾਂ ਕਿਉਂਕਿ ਸਾਨੂੰ ਜੋ ਗਲਾਸ ਹੈ ਉਹ 250 ਮিলি ਲੀਟਰ ਜੋ ਹੈ ਉਸ ਤਰ੍ਹਾਂ ਪਾਣੀ ਜੋ ਹੈ ਦੱਸਿਆ ਗਿਆ ਹੈ ਵੀ ਉਸ ਵਿੱਚ ਆ ਸਕਦਾ ਹੈ ਤਾਂ ਪਹਿਲਾ ਸਾਨੂੰ ਜੋ ਹੈ ਦੋਆਂ ਦਾ ਦੋਆਂ ਦੀ ਜੋ ਮਾਪਕ ਇਕਾਈ ਹੈ ਉਸ ਨੂੰ ਬਰਾਬਰ ਕਰਨਾ ਪਏਗਾ ਉਸ ਤੋਂ ਬਾਅਦ ਹੀ ਅਸੀਂ ਜੋ ਹੈ ਅੱਗੇ ਜਿਵੇਂ ਕਿ ਇਸ ਸਵਾਲ ਦੇ ਵਿੱਚ ਸਾਨੂੰ ਭਾਗ ਕਰਨੀ ਹੈ ਤਾਂ ਉਹ ਕਰ ਪਾਵਾਂਗੇ ਠੀਕ ਹੈ ਪਹਿਲਾ ਸਾਨੂੰ ਦੋਆਂ ਦੀ ਮਾਪਕ ਇਕਾਈ ਨੂੰ ਬਰਾਬਰ ਕਰਨਾ ਪਏਗਾ ਇਹ ਨਹੀਂ ਹੋ ਸਕਦਾ ਵੀ 2 ਲੀਟਰ ਨੂੰ 2 ਲੀਟਰ ਨੂੰ ਅਸੀਂ ਜੋ ਹੈ 250 ਮਿਲੀਲੀਟਰ ਦੇ ਨਾਲ ਭਾਗ ਦਈਏ ਇਹ ਨਹੀਂ ਹੋ ਸਕਦਾ ਠੀਕ ਹੈ ਪਹਿਲਾ ਦੋਆਂ ਦੀ ਮਾਪਕ ਇਕਾਈ ਨੂੰ ਬਰਾਬਰ ਕਰੋ ਅਤੇ 2 ਨੂੰ 1000 ਨਾਲ ਗੁਣਾ ਕਰਾਂਗੇ ਤਾਂ ਇਹ ਆਊਗਾ 2000 ਮਿਲੀਲੀਟਰ ਹੁਣ ਇਸ 2000 ਨੂੰ ਅਸੀਂ ਜੋ ਹੈ ਦੇਖੋ ਇਹ 2 ਲੀਟਰ ਜਾਂ 2000 ਮਿਲੀਲੀਟਰ ਜੋ ਹੈ ਇਹ ਬੋਤਲ ਦਾ ਬੋਤਲ ਦੇ ਵਿੱਚ ਜੋ ਪਾਣੀ ਹੈ ਉਹ ਹੈ ਠੀਕ ਹੈ ਤੇ ਇੱਕ ਗਲਾਸ ਦੇ ਵਿੱਚ ਜੋ ਪਾਣੀ ਹੈ ਉਹ ਹੈ 250 ਮਿਲੀਲੀਟਰ ਸਾਨੂੰ ਇਹ ਦੱਸਣਾ ਵੀ ਬੋਤਲ ਦਾ 2000 ਮਿਲੀਲੀਟਰ ਜਾਂ 2 ਲੀਟਰ ਪਾਣੀ ਜੋ ਹੈ ਉਹ ਕਿੰਨੇ ਗਲਾਸਾਂ ਦੇ ਵਿੱਚ ਪਾਇਆ ਜਾ ਸਕਦਾ ਹੈ ਤਾਂ ਇਹਦੇ ਵਾਸਤੇ ਕਰਾਂਗੇ ਕੀ ਵੀ ਜੋ ਬੋਤਲ ਦਾ ਜੋ ਪਾਣੀ ਹੈ 2000 ਮਿਲੀਲੀਟਰ ਇਸ ਨੂੰ ਗਲਾਸ ਦੇ ਪਾਣੀ ਦੀ ਜੋ ਮਾਤਰਾ ਹੈ 250 ਮਿਲੀਲੀਟਰ ਦੇ ਨਾਲ ਜੋ ਹੈ ਭਾਗ ਦਵਾਂਗੇ ਹਾਂਜੀ 0 ਨਾਲ 0 ਕੱਟ ਗਈ ਤੇ 25 ਦਾ ਪਹਾੜਾ ਜੇਕਰ ਤੁਹਾਨੂੰ ਯਾਦ ਹੈ 25 8 200 ਹੁੰਦਾ ਹੈ ਠੀਕ ਹੈ ਤਾਂ ਇਹਦਾ ਮਤਲਬ ਵੀ ਇਸ 2 ਲੀਟਰ ਦੀ ਬੋਤਲ ਨਾਲ ਅਸੀਂ ਜੋ ਹੈ 8 ਗਲਾਸ ਜੋ ਹੈ ਪਾਣੀ ਪਾਰ ਸਕਦੇ ਹਾਂ। ਇਹਨਾਂ ਦਾ ਸਵਾਲ ਇਹ ਸੀ ਨਾ ਵੀ 2 ਲੀਟਰ ਦੀ ਬੋਤਲ ਵਿੱਚੋਂ ਕਿੰਨੇ ਗਲਾਸ ਭਰੇ ਜਾ ਸਕਦੇ ਹਨ ਤਾਂ ਅਸੀਂ ਆਪਣਾ ਜਵਾਬ ਦਵਾਂਗੇ অপਸ਼ਨ D 8 ਠੀਕ ਹੈ। ਹਾਂਜੀ ਸਵਾਲ ਨੰਬਰ 9 ਜੋ ਹੈ ਇਹ ਬੜਾ ਸੌਖਾ ਜਿਹਾ ਸਵਾਲ ਹੈ। ਅ ਇਹਦੇ ਵਿੱਚ ਕਹਿ ਰਹੇ ਹਨ ਕਿ ਮਨਜੋਤ ਦੇ ਪਿਤਾ ਜੀ ਨੇ ਸਬਜ਼ੀ ਮੰਡੀ ਤੋਂ 40 ਕਿਲੋਗ੍ਰam ਪਿਆਜ਼ ਤੇ 50 ਕਿਲੋਗ੍ਰam ਜੋ ਹੈ ਆਲੂ ਖਰੀਦੇ ਦੋ ਸਬਜ਼ੀਆਂ ਜੋ ਹੈ ਮਨਜੋਤ ਦੇ ਪਿਤਾ ਜੀ ਨੇ ਜੋ ਹੈ ਖਰੀਦੀਆਂ ਨੇ ਸਬਜ਼ੀ ਮੰਡੀ ਤੋਂ 40 ਕਿਲੋਗ੍ਰam ਪਿਆਜ਼ ਤੇ 50 ਕਿਲੋਗ੍ਰam ਆਲੂ ਦੱਸੋ ਉਹਨਾਂ ਨੇ ਕੁੱਲ ਕਿੰਨੀ ਦੇਖੋ ਇਹਨਾਂ ਨੇ ਨਾ ਇੱਥੇ ਜੋ ਲਿਖਿਆ ਹੈ ਦੱਸੋ ਉਹਨਾਂ ਨੇ ਕਿੰਨੀ ਤਰ੍ਹਾਂ ਵਿੱਚ ਸਬਜ਼ੀ ਖਰੀਦੀ ਤਾਂ ਇੱਥੇ ਬਸ ਇਹ ਹੋਣਾ ਚਾਹੀਦਾ ਵੀ ਦੱਸੋ ਉਹਨਾਂ ਨੇ ਕੁੱਲ ਕਿੰਨੀ ਜੋ ਹੈ ਸਬਜ਼ੀ ਖਰੀਦੀ ਠੀਕ ਹੈ ਇਹਦੇ ਵਾਸਤੇ ਕਰਨਾ ਕਿ ਇਹ ਵੀ 40 ਕਿਲੋਗ੍ਰam ਪਿਆਜ਼ ਤੇ 50 ਕਿਲੋਗ੍ਰam ਆਲੂ ਇਹਨਾਂ ਦੋਵਾਂ ਨੂੰ ਅਸੀਂ ਚੋਹੇ ਜੋੜ ਦੇਣਾ ਹੈ ਜੋੜ ਸਕਦੇ ਹਾਂ ਕਿਉਂ ਕਿ ਦੋਵਾਂ ਦੀ ਜੋ ਮਾਪਕ ਇਕਾਈ ਹੈ ਉਹ ਕਿਲੋਗ੍ਰam ਦੇ ਰੱਖੀ ਹੈ ਇਹ ਦੇਖ ਸਕਦੇ ਹੋ ਨਾ 50 ਦੇ ਨਾਲ ਵੀ ਜੋ ਹੈ ਕਿਲੋਗ੍ਰam ਹੈ ਜੋ ਕਿ ਆਲੂ ਨੇ ਤੇ ਜੋ ਪਿਆਜ਼ ਹੈਗੇ ਨੇ ਉਹ ਵੀ ਜੋ ਹੈ 40 ਕਿਲੋਗ੍ਰam ਨੇ ਦੋਵਾਂ ਦੀ ਮਾਪਕ ਇਕਾਈ ਬਰਾਬਰ ਹੈ ਕਿਲੋਗ੍ਰam ਕਿਲੋਗ੍ਰam ਤਾਂ ਇਹਨਾਂ ਨੂੰ ਅਸੀਂ ਜੋੜ ਸਕਦੇ ਹਾਂ ਹਾਂਜੀ ਤਾਂ ਦੇਖ ਲਓ ਇਸ ਸੋ 40 ਦੇ ਵਿੱਚ 50 ਜੋੜਾਂਗੇ ਤਾਂ ਇਹ 90 ਆਉਂਦਾ ਹੈ ਜੀ ਹਾਂ ਜੀ ਤਾਂ ਇਹਦਾ ਮਤਲਬ ਵੀ ਮਨਜੋਤ ਦੇ ਪਿਤਾ ਨੇ ਮਨਜੋਤ ਦੇ ਪਿਤਾ ਜੀ ਨੇ ਸਬਜੀ ਮੰਡੀ ਤੋਂ 90 ਕਿਲੋਗ੍ਰam ਜੋ ਹੈ ਉਹ ਸਬਜੀ ਖਰੀਦੀ ਹਾਂ ਜੀ অপਸ਼ਨ ਬੀ ਵਾਲਾ ਜੋ ਹੈ 90 ਕਿਲੋਗ੍ਰam ਇਹ ਜੋ ਹੈ ਕਰੈਕਟ ਆਨਸਰ ਹੈ ਆ ਲਾਸਟ ਆਖਰੀ ਸਵਾਲ ਹੈ ਇੱਕ ਪਾਣੀ ਦੀ ਟੈਂਕੀ ਵਿੱਚ 800 ਲੀਟਰ ਪਾਣੀ ਹੈ 350 ਲੀਟਰ ਪਾਣੀ ਜੋ ਹੈ ਵਰਤਿਆ ਗਿਆ ਹੈ ਤੇ ਕਿੰਨੇ ਲੀਟਰ ਜੋ ਹੈ ਪਾਣੀ ਬਾਕੀ ਬਚਿਆ ਹੈ ਦੇਖੋ ਇਹ ਵੀ ਜੋ ਹੈ ਬਹੁਤ ਸੌਖਾ ਜਿਹਾ ਸਵਾਲ ਹੈ ਪਾਣੀ ਦੀ ਟੈਂਕ ਪਾਣੀ ਦੀ ਟੈਂਕੀ ਦੇ ਵਿੱਚ 800 ਲੀਟਰ ਜੋ ਹੈ ਉਹ ਪਾਣੀ ਹੈ ਉਹਦੇ ਵਿੱਚੋਂ 350 ਲੀਟਰ ਜੋ ਹੈ ਪਾਣੀ ਉਹ ਵਰਤ ਲਿਆ ਗਿਆ ਹੈ ਠੀਕ ਹੈ ਤੇ ਸਾਨੂੰ ਇਹ ਦੱਸਣਾ ਹੈ ਕਿ ਕਿੰਨਾ ਪਾਣੀ ਬਚ ਗਿਆ ਹੈ ਤਾਂ ਇਹਦੇ ਵਾਸਤੇ ਕਰਾਂਗੇ ਕਿ ਜੋ ਪਾਣੀ ਦੀ ਟੈਂਕੀ ਦੇ ਵਿੱਚ કુલ ਪਾਣੀ ਹੈ 800 ਲੀਟਰ ਉਹਦੇ ਵਿੱਚੋਂ ਜਿੰਨਾ ਵਰਤਿਆ ਗਿਆ ਹੈ 350 ਲੀਟਰ ਜੋ ਹੈ ਉਹ ਘਟਾ ਲਾਂਗੇ ਤਾਂ ਜਿੰਨਾ ਵੀ ਆਊਗਾ ਠੀਕ ਹੈ ਉਨਾ ਹੀ ਲੀਟਰ ਜੋ ਹੈ ਪਾਣੀ ਬਚਿਆ ਹੋਏਗਾ ਠੀਕ ਹੈ ਕਿੰਨੇ ਲੀਟਰ ਪਾਣੀ ਜੋ ਹੈ ਬਾਕੀ ਬਚਿਆ ਤਾਂ 800 ਦੇ ਵਿੱਚੋਂ 350 ਜੋ ਹੈ ਘਟਾ ਲੈਣੇ ਆਂ ਜੀ ਇਹ ਦੋਵੇਂ ਹੀ ਜੋ ਹੈ ਲੀਟਰ ਦੇ ਵਿੱਚ ਨੇ ਮੈਂ ਪਹਿਲੇ ਦੱਸਦਾ ਠੀਕ ਹੈ ਉਹ ਲੀਟਰ ਲਿਖਣਾ ਜੋ ਹੈ ਨਾਲ ਜ਼ਰੂਰੀ ਹੁੰਦਾ ਹੈ ਮੈਥੇ ਲਿਖ ਦੇਣਾ ਲੀਟਰ ਕਿਉਂਕਿ ਪਾਣੀ ਨੂੰ ਮਾਪਨ ਦੀ ਜੋ ਇਕਾਈ ਹੈ ਉਹ ਲੀਟਰ ਦੇ ਵਿੱਚ ਆਉਂਦੀ ਹੈ ਹਾਂਜੀ ਤਾਂ 800 ਜੋ ਹੈ ਕੁੱਲ ਪਾਣੀ ਸੀ ਟੰਕੀ ਦੇ ਵਿੱਚ ਤੇ 350 ਲੀਟਰ ਜੋ ਹੈ ਉਹ ਵਰਤ ਲਿਆ ਗਿਆ ਹੈ ਅ ਇੱਥੇ ਇੱਕ ਹੱਸ ਲਵਾਂਗੇ 10 ਬਣ ਜਾਊਗਾ ਹਾਂਜੀ 8 ਦੀ ਥਾਂ ਤੇ 7 ਰਹਿ ਜਾਊਗਾ 10 ਚੋਂ 5 ਗਏ ਤਾਂ 5 7 ਚੋਂ 3 ਗਏ ਤਾਂ 4 ਤਾਂ 450 ਲੀਟਰ ਜੋ ਹੈ ਪਾਣੀ ਜੋ ਹੈ ਉਹ ਬਚਿਆ ਹੈ ਠੀਕ ਹੈ 450 ਲੀਟਰ ਅੰਸ਼ ਕਿੰਨੇ ਲੀਟਰ ਜੋ ਹੈ ਪਾਣੀ ਬਾਕੀ ਬਚਿਆ ਤਾਂ ਸਾਡਾ ਜਵਾਬ ਹੋਏਗਾ অপਸ਼ਨ ਸੀ 450 ਲੀਟਰ অপਸ਼ਨ ਸੀ 450 ਲੀਟਰ ਜੋ ਹੈ ਰਾਈਟ ਆਨਸਰ ਹੈ